ਕਿਤੇ ਲਾਈਫ ਵਿੱਚ ਰਿਸਕ ਜ਼ਰੂਰ ਲੈਣੇ ਚਾਹੀਦੇ ਆ, ਜਾ ਲਿਆ ਕੇ ਦੇ ਗੁੜੀਆ, ਖਾਸ ਕਰਕੇ ਪਾਪਾ ਨੂੰ, ਖਾਸ ਕਰਕੇ ਉਦੋਂ ਰਿਸਕ ਜ਼ਰੂਰ ਲੈਣੇ ਚਾਹੀਦੇ ਆ ਜਦੋਂ ਤੁਸੀਂ ਰਿਸਕ ਲੈਣ ਦੇ ਕਾਬਿਲ ਜੇ, ਕਿਉਂਕਿ ਜਿਹੜੇ ਰਿਸਕ ਲੈਣੇ ਆ ਨਾ ਉਹਦੇ ਨਾਲ ਇਹ ਹੁੰਦਾ ਵਾ ਤੁਸੀਂ ਕੁਛ ਨਾ ਕੁਛ ਸਿੱਖਦੇ ਜੇ। ਚਲੋ ਆ ਵੇਖੋ ਭਾਬੀ ਜੀ ਇੱਧਰ ਸਰੋਂ ਵਾਲੀ ਪੈਲੀ ਹੋ ਗਈ ਸਾਡੀ ਪੱਧਰੀ, ਕੱਲ ਇਹਦੇ ਵਿੱਚ ਸਰੋਂ ਸੀ ਤੇ ਸਰੋਂ ਲਈ ਅਸੀਂ ਕਢਾ, ਕਿੱਡੀਆਂ ਸੋਹਣੀਆਂ ਇੱਦਾਂ 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 ਉਹ ਆ ਨਾ ਵਗੀਆਂ ਲੈਣਾ ਰਾਤ 10:30 ਵਜੇ ਤੱਕ ਲੱਗਾ ਰਿਹਾ ਆ ਕੀ ਸਵਾ ਗਏ ਨਾ ਕਿਸੇ ਨਹੀਂ ਨਹੀਂ ਡੈਡੀ ਨੂੰ ਵੀ ਨਾਲ ਆਪਣੇ ਨਾਲ ਖੇਡਾਂ ਲਾਈ ਰੱਖਦੇ ਹੈ ਮੰਮੀ ਜੀ। ਮੈਂ ਨਾ ਬੜੀ ਵਾਰੀ ਇੱਕ ਗੱਲ ਨੋਟ ਕੀਤੀ ਆ, ਜਦੋਂ ਕਿਤੇ ਮੇਰੇ ਪੇਕਿਆਂ ਵਾਲੇ ਬੰਨੇ ਕੋਈ ਪ੍ਰੋਗਰਾਮ ਹੁੰਦਾ ਨਾ ਕੁਮਾਰ ਜੀ, ਉਹ ਦਿਨ ਕਿਤੇ ਇਹਨਾਂ ਨੂੰ ਕੰਮ ਦਾ ਤਾੜ ਹੁੰਦਾ ਵਾ, ਜਿੱਦਾਂ ਸਾਰਾ ਉਹ ਦਿਨ ਹੀ ਕੰਮ ਇਹਨਾਂ ਨੇ ਕਰਨੇ ਹੁੰਦੇ ਆ। ਤੁਹਾਡੇ ਕਹਿਣ ਦਾ ਮਤਲਬ ਕਿ ਸਿੱਧੀ ਸਿੱਧੀ ਗੱਲ ਕਰੋ ਨਾ, ਘੁਮਾ ਫਰਾ ਕੇ ਗੱਲ, ਦੋ ਤਿੰਨ ਚਾਂਸ ਹੋ ਗਏ ਆ ਜਦੋਂ ਕਿਤੇ ਜਾਣਾ ਹੁੰਦਾ ਵਾ ਇਹਨਾਂ ਨੂੰ ਹੁੰਦਾ ਕਿ ਆਹ ਕੰਮ ਜਿਹੜਾ ਕਰਨਾ ਹੀ ਕਰਨਾ ਵਾ, ਕਰਨਾ ਜਾਣ ਗਲਤੀ ਤੁਹਾਡੀ ਆ, ਗਲਤੀ ਤੁਹਾਡੇ ਪੇਕਿਆਂ ਦੀ ਆ, ਉਹ ਇਹਨਾਂ ਦਿਨਾਂ ਚ ਕਰ ਲੈਂਦੇ ਰੱਖ ਲੈਂਦੇ ਨਾ ਕੋਈ ਨਾ ਕੋਈ ਮਠੋਲੇ ਸੀ ਨਾ ਖੰਡ ਪਾਠ, ਹਨਾ ਮੰਮੀ ਜੀ ਖੰਡ ਪਾਠ, ਮੇਰੀ ਗੱਲ ਸੁਣ, ਮਠੋਲੇ ਸੀਗਾ ਕਿੰਨੇ ਕਰਾਇਆ ਸੀ ਉਦੋਂ ਵੀ ਘਰੇ ਭਾਬੀ ਹੁਣਾਂ ਹੀ ਕਰਾਇਆ ਸੀ ਮਠੋਲੇ ਗੁਰਦੁਆਰੇ ਭਾਬੀ ਘੁੰਮਣ ਵਾਲੇ ਦੇ, ਸਾਨੂੰ 2 ਵੱਜ ਗਏ, ਇਹ ਆਂਦੇ ਕਮਾਦ ਲਾ ਕੇ ਫਿਰ ਜਾਂਦੇ ਆ ਅੱਜ ਫੇਰ ਕਮਾਦ ਹੀ ਲੱਗਣੇ, ਅਸੀਂ ਕਹਿੰਦੇ ਆ ਨਾ ਕਿ ਨਿਆਣਿਆਂ ਕਰਕੇ ਵੀਡੀਓ ਕਰਕੇ, ਪਰ ਇਹ ਸ਼ੁਰੂ ਤੋਂ ਹੀ ਹੁੰਦੀ ਆ ਆਉਂਦੀ ਮੇਰੇ ਨਾਲ ਕਿ 12-1 ਵਜੇ ਤੋਂ ਬਾਅਦ ਹੀ ਜਾਣਾ ਜਿੱਥੇ ਜਾਣਾ, ਚੱਲ ਕੋਈ ਗੱਲ ਨਹੀਂ ਲੰਘ ਜਾਂਦਾ ਜਾਂਦਿਆਂ ਨੂੰ ਚਾਹ ਪਾਣੀ ਸਾਰਾ ਖਾ, ਅੱਗੇ ਉਹ ਆਉਂਦੇ ਕਿ ਚਾਹ ਵਾਲੀ ਚੁੱਕਿਆ ਜਾਣਾ ਜਦੋਂ ਤੁਸੀਂ ਆਉਣਾ, ਅੱਜ ਫੇਰ ਜਾਣਾ ਵਾ ਤੇ ਅੱਜ ਫੇਰ ਕਮਾਦ ਬੀਜਣੇ ਆ ਕੀ ਖੇਡਾਂ ਖੇਡਣ ਦੇ ਆ। ਹਾਂਜੀ ਹੈ ਹਾਏ ਤੇ ਮਿਸਤਰੀਆਂ ਨਾਲ ਵੀ ਬਸ ਦਾ ਕੰਮ, ਆ ਤੇ ਮੈਨੂੰ ਲੱਗਦਾ ਕੋਈ ਨਕਸ਼ਾ ਤੇ ਨਹੀਂ ਬਣ ਲਗਾ, ਆ ਕੀ ਖੇਡਾਂ ਖੇਡਣ ਦੇ ਜੇ, ਖੇਡਾਂ ਹੀ ਖੇਡਣ ਦੇ ਹੁਣ ਆਪਾਂ, ਹਾਂ ਵਾਧੂ ਹੋ ਗਈ ਜਾਂ ਨਾ ਵਾਲੀ ਕਿੰਨਾ ਸੋਹਣਾ ਲੱਗਣ ਡੇ, ਮੈਂ ਜਿੱਦਾਂ ਆਪਾਂ ਪਹਿਲੋਂ ਲਾਉਂਦੇ ਰਹੇ ਆ ਕਮਾਦ, ਮੈਂ ਨਵੀਂ ਸਕੀਮ ਲਾਉਣੀ ਆ ਮੈਂ ਹੁਣ ਇਹਨੂੰ ਵੇਖ ਕਰਕੇ ਨਹੀਂ ਡੱਕਦਾ, ਜਦ ਇਹਨੇ ਜਿਹੜੀ ਵੀ ਸਕੀਮ ਲਾਈ ਆ ਉਹਦੇ ਚ ਠੀਕ ਹੀ ਰਿਹਾ, ਤੇ ਵਿਚਾਰੇ ਨੂੰ ਗਾਲਾਂ ਬੜੀਆਂ ਪੈਂਦੀਆਂ ਰਹੀਆਂ, ਗਾਲਾਂ ਵੀ ਪੈਂਦੀਆਂ ਰਹੀਆਂ ਨਾ ਵੀਰ ਜੀ, ਘਰ ਨੂੰ ਕਰਾਉਣੀ ਆ ਜਿਹਦੇ ਨਾਲ ਘਰ ਨੂੰ ਕਰਾਉਣੀ ਉਹ ਤਾਂ ਲੱਖਾਂ ਦੀ ਆਉਣੀ ਆ, ਨਹੀਂ ਨਹੀਂ ਕੀ ਫਾਇਦਾ ਵਾ ਬਹੁਤੀ ਕੁਲੀ ਤੋਂ, ਬੂਝੇ ਜਿਹੜੇ ਬੰਨਣੇ ਨੀ ਪੈਣੇ ਹਨਾ ਕਮਲ, ਬਾਂਸ ਖੜੇ ਕਰਨੇ ਵਿੱਚ ਨਹੀਂ ਬੀਜੀ ਪਹਿਲਾਂ ਕਮਾਦ ਦੇ ਉੱਤੇ ਨਾ ਇਹ ਥੋੜਾ ਬੀਜਣਾ ਵਾ ਸਾਰੀ ਪੈਲੀ ਵਿੱਚ, ਜਿਆਦਾ ਨੀ ਬੀਜਣਾ ਇਹ ਵਾਲਾ, ਦੋ ਤਿੰਨ ਜਾਂ ਚਾਰ ਲੈਣਾ ਬੀਜਣੀਆਂ ਵਾ, ਐਕਸਪੈਰੀਮੈਂਟ ਕਰਨ ਲੱਗੇ ਹਨ, ਹਾਂ ਤੇ ਇਹ ਵੇਖਣਾ ਵੀ ਇਹ ਕੀ ਕਹਿੰਦਾ ਵਾ, ਤੇ ਬਾਕੀ ਮੇਰੀ ਗੱਲ ਸੁਣੋ, ਬਾਕੀ ਪੈਲੀ ਚ ਦੂਜਾ ਕਮਾਦ ਬੀਜਣਾ, ਹਾਂ ਬਾਕੀ ਦੂਜਾ ਬੀਜ ਦੇਣਾ ਵਾ, ਇਹ ਪਤਾ ਗੱਲ ਵਾ ਆਹ ਜਿਹੜਾ ਕੰਮ ਵਾ ਇਹ ਮਸ਼ੀਨੀ ਹੈ, ਇਹ ਮਸ਼ੀਨੀ ਕੰਮ ਵਾ, ਹੱਥ ਨਾਲ ਇੰਨੇ ਟੋਏ ਪੁੱਟਣਾ ਕਦੋਂ ਖਾਲਾ ਜੀ ਦਾ ਵਾੜਾ ਥੋੜਾ ਵਾ, ਅਸਾਂ ਇੰਨੇ ਵਾਲੇ ਟੋਏ ਨੂੰ ਪੁੱਟਣਾ ਵਾ, ਇਹਨਾਂ ਨੂੰ ਪੁੱਟਣਾ ਆ ਗਿਆ, ਇਹਦੇ ਵਿੱਚ ਕਮਾਦ ਦੀਆਂ ਉਹ ਲਾਉਣੀਆਂ ਵਾ ਗੁੱਲੀਆਂ, ਹਾਂ ਖੜੀਆਂ ਇਦਾਂ ਕਰਕੇ ਫਿਰ ਉੱਤੇ ਮਿੱਟੀ ਪਾਉਣੀ, ਫਿਰ ਉਹਨਾਂ ਨੇ ਤਾਂ ਨੂੰ ਉੱਗਣਾ ਸਿੱਧੀਆਂ
ਵੀਰ ਜੀ ਆਇਆ ਹੈ ਨਹੀਂ ਮੇਰੇ ਵਿਚਾਰ ਲੰਮੇ ਪਾਵਾਂਗੇ ਤੇ ਫਿਰ ਭਾਈ ਜਿੱਦਾਂ ਵਾਦੀ ਹੋਦਾ ਮੰਨੀ ਜਾਓ ਹਾਂ ਤੁਹਾਡਾ ਕਿਆ ਸਿਰ ਮੱਥੇ ਉਹ ਕਹਿਣ ਦੀ ਹੈ ਵੀ ਜਦੋਂ ਮੇਰੇ ਪੇਕੇ ਜਾਣਾ ਹੁੰਦਾ ਇਹਨਾਂ ਨੇ ਕਮਾਦ ਜ਼ਰੂਰ ਲਾਉਣਾ ਹੁੰਦਾ ਕਮਾਦ ਹਾਂ ਕਦੋਂ ਕਮਾਦ ਕਿੰਨਾ ਉਹ ਪੈਲੀ ਚ ਵੀ ਲਾਉਂਦੇ ਹੋਲੇ ਹੋਲੇ ਲੜ ਜੀ ਅਕੇਰੀਏ ਜੱਕ ਮਾਰੇ ਤੇ ਗੋਲ ਬਣ ਜਾਣਾ ਇਹਨੂੰ ਜਦੋਂ ਪੇਕੇ ਜਾਂਦੇ ਉਹ ਮਿੱਠੇ ਹੋ ਗਏ ਇੱਥੇ ਵੇਖਿਓ ਭਾਬੀਆ ਫੜਿਆ ਇੱਕ ਮਿੰਟ ਵੇਖ ਜੀ ਨਾ ਪਾਇਓ ਗਲੀ ਇਹਨੂੰ ਮਕਾ ਲਓ ਨਾ ਆਹੀ ਜਿਹੜਾ ਚਿੱਟਿਆ ਇਹਨੇ ਹੁਣ ਪੁੱਠਾ ਕਰਨਾ ਹੀ ਉਹ ਵੀ ਤੁਹਾਡੀ ਭੈਣੀ ਆ ਗਲੀ ਰਹਿੰਦੇ ਲੈ ਆਹੀ ਦੇਣਾ ਬਸ ਚੱਲ ਬਸ ਠੀਕ ਚੱਲ ਲੜ ਜੀ ਲੈ ਜਾ ਵੀਰ ਜੀ ਦੀ ਭੈਣ ਆ ਪਰ ਉਹ ਚਾਹੀਏਗਾ ਚੱਲ ਕਦੀ ਇਹ ਪੈੜੀ ਦੇ ਨੁਕਰਿਆ ਇੱਥੇ ਆਏ ਜੇ ਨਹੀਂ ਅੱਜ ਪਹਿਲੇ ਦਿਨ ਆਈ ਮੈਂ ਕਵਲ ਇੱਥੇ ਗਿਆ ਸੀ ਜਦ ਵੋਟ ਤੇ ਪੈ ਗਿਆ ਤੇ ਕਿਸੇ ਦੀ ਪੈੜੀ ਵਾਹਣ ਡਿਆ ਕੋਈ ਵਾਹਣ ਦਿੰਦਾ ਹੀ ਪੈੜੀ ਆਪਣੀ ਨਹੀਂ ਤੂੰ ਜਾ ਨਹੀਂ ਕਿਤੇ ਪੈਂਦੀ ਦਾ ਜਾੜੀ ਤੇ ਤੇ ਮੈਂ ਜੋ ਵੇਖ ਲੱਗੀ ਤੂੰ ਮੁੜ ਕੇ ਚਲੋ ਲੱਗ ਜਾ ਵੇਖ ਲੋ ਸੌਖਾ ਕਰਤਾ ਨਾ ਕੰਮ ਤੁਹਾਡਾ ਫੇਰ ਮੈਨੂੰ ਆਂਦੇ ਆ ਸੰਦੀਪ ਦਾ ਹਾਸਾ ਜਿਹੜਾ ਬੱਚੇ ਠਾਲ ਦਿੰਦਾ ਕੀ ਕਰਾਂ ਹੁਣ ਹਾਸਾ ਆਉਂਦਾ ਹੀ ਇੰਨਾ ਜ਼ਬਰਦਸਤ ਆ ਗੱਲ ਹੀ ਏਦਾਂ ਦੀ ਹੋ ਜਾਂਦੀ ਜਿੰਨੇ ਹਾਂਜੀ ਇਹ ਕਾਹਦੀ ਮਾਇਆ ਮਿਲ ਗਈ ਮੰਮੀ ਨੂੰ ਸਵੇਰੇ ਸਵੇਰੇ ਵੇਂਦੇ ਵੇਖੋ ਦੋਵੇਂ ਜਾਣੇ ਇੱਕੋ ਸਟਾਈਲ ਦੇ ਵਿੱਚ ਨਾ ਹਾਸਾ ਨਾ ਕੋਈ ਠੱਠਾ ਨਾ ਗੁੱਸਾ ਨਾ ਕੋਈ ਗਿਲਾ ਮੰਮੀ ਉਧਰ ਵੇਖੋ ਦੋਵਾਂ ਦੀਆਂ ਵੇਖ ਉਹ ਵੇਖੋ ਐਟੀਟਿਊਡ ਵੇਖੋ ਦੋਵਾਂ ਦਾ ਆਇਆ ਜੀ ਮੇਰਾ ਪੁੱਤ ਕਮਾਦ ਲਾਉਣ ਰੇੜੀ ਚ ਬਹਿਣਾ ਵਾ ਚਲੋ ਤੁਸੀਂ ਦੱਸੋ ਇਹ ਕੀ ਚੀਜ਼ ਬਣਦੀ ਆ ਕੀ ਬਣ ਰਿਹਾ ਟੋਏ ਕੀ ਕਰਨੇ ਗੰਨੇ ਬੀਜਣੇ ਪਤਾ ਇਹਨਾਂ ਨੂੰ ਪਹਿਲਾਂ ਸਕੀਮ ਦੱਸ ਗੰਨੇ ਬੀਜੀਦੇ ਨਹੀਂ ਗੰਨੇ ਲਾਈਦੇ ਆ ਹਨਾ ਸਾਹਿਬ ਰੇੜੀ ਚਲਾਓ ਕਿੰਨੇ ਕੁ ਵੱਡੇ ਟੋਏ ਕੱਢਣੇ ਆ ਤੇ ਉਹ ਕੀ ਆਪੇ ਕੱਢ ਲਿਓ ਮੇਰੇ ਵਾਲੀ ਟੋਇਆਂ ਦੇ ਵਿੱਚ ਤੇ ਇਦਾਂ ਹੀ ਗੰਨੇ ਰੱਖੇ ਜਾ ਸਕਦੇ ਲੰਮੇ ਤੇ ਪਹਿਨ ਜਾ ਸਕਦੇ ਲੰਮੇ ਪਹਿਣਗੇ ਤੇ 5-6 ਹੀ ਪਹਿਣਗੇ ਬਸ ਤਾਂ ਤੱਕ 1.5 ਫੁੱਟ ਟੋਆ ਜਿਹੜਾ ਸਾਰਾ ਡੱਕ ਦੇਣਾ ਵੇਖੋ ਹੁਣ ਇਹ ਤੇ ਪਤਾ ਲੱਗੂ ਜਦੋਂ ਕਰਨਗੇ ਕੰਮ ਚੱਲ ਵੀ ਉਧਰ ਲੈ ਜਾ ਕੇ ਕਰ ਹੁਣ
ਜਾ ਵੀ ਕੀ ਤੂੰ ਕਰਦਾ ਕਿੱਧਰ ਚੱਲੀ ਆ ਇਹਨੂੰ ਕੀ ਹੋ ਗਿਆ ਮੰਮੀ ਜੀ ਉਹ ਰੱਸੀ ਅੜੀ ਹੈ ਡੈਡੀ ਇਹਦੇ ਨੇ ਕਿਹਾ ਤੈਨੂੰ ਪਤਾ ਨਹੀਂ ਅੱਛਾ ਅੱਛਾ ਵਿਅਥ ਜ਼ਿਆਦਾ ਹੋ ਗਈ ਇਧਰੋਂ ਆਹੋ ਉਹ ਲਾ ਦਈਏ ਕੀ ਵਿੱਚ ਜਵਾਰ ਮੇਰੀ ਗੱਲ ਸੁਣੋ ਚੀਜ਼ ਕੋਈ ਨਾ ਕੋਈ ਲਾਵਾਂਗੇ ਪਰ ਆਹ ਜਿਹੜਾ ਥਾਂ ਇਹ 'ਚ ਨਹੀਂ ਲੱਗਣੀ ਉਹ ਚੀਜ਼ ਲੱਗਣੀ ਇਹਦੇ ਵਿੱਚ ਆਹ ਆਹ ਵਾਲੀ ਜਗ੍ਹਾ ਹੋਣੀ ਆਹ ਵਾਲੀ ਨਹੀਂ ਪਤਾ ਕੀ ਕਮਾਦ ਅੱਗੇ ਲੇਟ ਆ ਨਹੀਂ ਲਾਉਣਾ ਵਿੱਚ ਕੁਛ ਗਾਂ ਦੂਜੇ ਕਮਾਦ 'ਚ ਲਾਇਆ ਕਰਾਂਗੇ ਜਦੋਂ ਧਿਆਨ ਨਾਲ ਲਾਇਆ ਕਰਾਂਗੇ ਹੈ ਨਾ ਇਹ ਹੁਣ ਇੱਕ ਬੀ ਬਣ ਜਾਏਗਾ ਨਾ ਜ਼ਿਆਦਾ ਕਰਿਆ ਕਰਾਂਗੇ ਥੱਲੇ ਰੱਖ ਲਈ ਖੱਡਾ ਮਾਰਨ ਦੀ ਲੋੜ ਹੈ ਡੈਡੀ ਜੀ ਮੰਮੀ ਨੇ ਜੰਪ ਮਾਰਿਆ ਆਪੇ ਖੱਡਾ ਪੈ ਜਾਣਾ ਚੱਲ ਕਿੱਥੇ ਤੂੰ ਕਰ ਤੂੰ ਮਾਰ ਦੇਖੋ ਜਦੋਂ ਤੋਂ ਨਵਾਂ ਕੰਮ ਸਟਾਰਟ ਕਰੀ ਦਾ ਨਾ ਉਦੋਂ ਲੋਕ ਕਹਿੰਦੇ ਹੁੰਦੇ ਸ਼ਦਾਈ ਹੈਂ ਬੂਏ ਕੂਫ ਕਈ ਕਹਿ ਦਿੰਦੇ ਹੁੰਦੇ ਕੰਜਰਾਂ ਵਾਲੇ ਕੰਮ ਕਰਨ ਡੇ ਹੈਂ ਇਸ ਕਰਕੇ ਇਸ ਚੀਜ਼ ਤੋਂ ਨਾ ਘਬਰਾਓ ਤੁਸੀਂ ਇਹ ਸਮਝੋ ਜਦੋਂ ਤੁਹਾਨੂੰ ਕੋਈ ਗੱਲ ਹੋਣ ਡਈ ਆ ਨਾ ਤੁਸੀਂ ਕਾਮਯਾਬੀ ਵੱਲ ਨੂੰ ਜਾਣ ਡੇ ਜੇ ਬਾਏ ਬਾਏ ਕਰੀ ਜਾਂਦਾ ਆ ਵਧੀਆ ਨਾ ਇੱਕ ਸਰਕਲ ਤੇ ਕਲੀ ਪੈ ਜਾਂਦੀ ਦੂਜਾ ਸਰਕਲ ਉਦਾਂ ਹੀ ਹੋ ਜਾਂਦਾ ਦੂਜਾ ਕਿਦਾਂ ਹੋ ਜਾਂਦਾ ਗਾਂ ਕਿਹੜਾ ਕਮਾਦ ਨਹੀਂ ਲਾਉਣਾ ਵਧੀ ਰਹੇਗੀ ਕਲੀ ਮਾੜਾ ਬਹੁਤ ਕੇ ਨਾ ਮੜ ਤੂੰ ਖੱਡੇ ਮਾਰ ਰਿਹਾ ਕੁੜੀ ਕਰਦੀ ਆ ਕੰਮ ਤਾਂ ਛੱਡੇ ਜਗਾ ਟਾਈਮ ਬੜਾ ਲੱਗਦਾ ਇੱਕ ਜਣ ਵੀ ਇੱਕ ਜਣ ਖੱਡੇ ਮਾਰ ਦੋਹਾਂ ਟਾਂ ਪਰਾਂ ਤੇ ਤਾਂ ਕਿੱਥੇ ਫੜ ਕੀ ਕਰ ਖੱਡੇ ਮਾਰ ਖੱਡੇ ਵੀ ਜਣਾ ਵੀ ਤੂੰ ਆ ਨਾ ਕਰਾ ਆ ਕੀ ਤੇਰਾ ਹੈਗਾ ਸਰਕਲ ਦਿਖਾ ਠੀਕ ਆ ਉਹ ਸਰਕਲ ਦਿਖਾ ਗਿਆ ਤੂੰ ਕੀ ਤੂੰ ਜਿਆਰਾ ਸਫਾਈ ਦੇ ਦੇ ਵੋਟੀ ਲਿਆਉਣੀ ਵੋਟੀ ਲਿਆਉਣੀ ਕਿਹੜੀ ਲਿਆਉਣੀ ਵਾਂਡੇ ਜਾਣਾ ਵਾਂਡੇ ਜਾਣਾ ਚਲੋ ਚੱਲੀ ਸਾਹਿਬ ਜੀ ਤਾ ਛਿੱਤਰ ਖਾਣੇ ਹਾਂ ਹਰ ਇੱਕ ਚੀਜ਼ ਹਾਂ ਚਲੋ ਚੱਲੀਏ ਚਲੋ ਉਹੀ ਉਹਦੇ ਡੈਡੀ ਜੀ ਮਾਨ ਡੇ ਵੇ ਖੜੇ ਐਦਾਂ ਕਰ ਖਪਾਈ ਤੇ ਕਰਨੀ ਪੈਣੀ ਪੁੱਤ ਖਪਾਈ ਇਹ ਇਹਨੂੰ ਕੋਈ ਖਪਾਈ ਸਮਝ ਲਓ ਤੇ ਕੋਈ ਇਹਨੂੰ ਫਨ ਸਮਝ ਲਓ ਹਾਂ ਮਤਲਬ ਇਹ ਸਾਰੀ ਚੀਜ਼ ਨੂੰ ਰਲ ਕੇ ਕੋਈ ਕੰਮ ਕਰਦੇ ਕੰਮ ਛੇਤੀ ਹੋ ਜਾਂਦਾ ਹੈ ਇਹ ਸਖਤੀ ਬੜੀ ਪੈਣੀ ਪਹਿਲੀ ਸਖਤੀ ਹੋ ਗਈ ਆ ਨਾ ਕਰਾ ਬੜਾ ਚੱਲਿਆ ਲੈਵਲ ਵਾਲਾ ਮੰਮੀ ਜੀ ਰੇੜੀ ਗਾਹ ਲਈ ਆਓ ਯਾਰ ਕੀ ਕਰਨ ਦੇ ਜੁੱਥੇ ਸਬਜੀਤ ਹਾਏ
ਇੰਦਾ ਬਾਬਾ ਹੈ ਬਹੁਤਾ ਉੱਤੇ ਉੱਤੇ ਡਿੱਗਦਾ ਵੀ ਆ ਨਾ ਫਿਰ ਮੰਮੀ ਜੀ ਤੁਸੀਂ ਕਹੋ ਡੈਡੀ ਨੂੰ ਜੇ ਕੈਸਾ ਖੱਡਾ ਪਾਟਾ ਹੈ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ ਮੈਂ ਹਾਂ ਮੰਮੀ ਨੂੰ ਤੁਸੀਂ ਡੈਡੀ ਨੂੰ ਕਹੋ ਜੇ ਕੈਸਾ ਖੱਡਾ ਪਾਟਾ ਹੈ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ ਮੁੰਡਾ ਇੱਥੋਂ ਤੁਰਿਆ ਤੇ ਉਹ ਉੱਥੋਂ ਤੱਕ ਪਾਉਂਦਾ ਹੀ ਰਹਿੰਦਾ ਮਿਹਨਤ ਕਰਦੇ ਰਲ ਮਿਲ ਕੇ ਤੇ ਕੰਮ ਦੀ ਬਰਕਤ ਵੀ ਮਹਾਰਾਜ ਹੀ ਪਾਉਂਦਾ ਚੁੱਕੋ ਵੀ ਨਹੀਂ ਨਹੀਂ ਇਹ ਕਹਿਣ ਡੇ ਮੈਨੂੰ ਉੱਥੇ ਛੱਡ ਕੇ ਆਓ ਕਿੱਥੇ ਜਾਣਾ ਕਿੱਥੇ ਜਾਣਾ ਹਾਂਜੀ ਬੱਚਿਓ ਬੱਚੇ ਆਏ ਅੱਜ ਕਮਾਦ ਲਾਉਣ ਬੱਚੇ ਤੁਸੀਂ ਜ਼ਿੰਦਗੀ ਦਾ ਪਹਿਲਾ ਕਮਾਦ ਲਾਉਣ ਬੱਚਿਓ ਪਹਿਲਾਂ ਏਦਾਂ ਕਮਾਦ ਨੂੰ ਟੁੱਕਿਆ ਜਾਂਦਾ ਦੇਖ ਰਹੇ ਹੋ ਤੁਸੀਂ ਧਿਆਨ ਨਾਲ ਵੇਖ ਲਓ ਵੀ ਕਿੱਦਾਂ ਬੀਜਿਆ ਜਾਂਦਾ ਵਾ ਆਉਣ ਵਾਲੇ ਸਮੇਂ ਵਿੱਚ ਤੁਸੀਂ ਬੀਜਣਾ ਵਾ ਇਹ ਬੀਜਣਾ ਕਿੱਥੇ ਹੈ ਬੀਜੋਗੇ ਕਿ ਨਹੀਂ ਕੋਈ ਨਹੀਂ ਕੰਮ ਵਾਲੇ ਰੱਖ ਲਾਂਗੇ ਬੀਜਣ ਵਾਲੇ ਅੱਛਾ ਕੰਮ ਵਾਲੇ ਰੱਖ ਲਾਂਗੇ ਤੇ ਕੰਮ ਵਾਲੇ ਹੁੰਦੇ ਤੇ ਤੇਰਾ ਪਿਓ ਡਿਆ ਹੁੰਦਾ ਟੁੱਕਣ ਹਣ ਹੈ ਸਾਰੇ ਤਾਂ ਪੁੱਤ ਬਾਹਰ ਜਾਈ ਜਾਣ ਦੇ ਕੰਮ ਕਰਨਾ ਕਿੰਨੇ ਹੈ ਤੁਹਾਨੂੰ ਨਹੀਂ ਜਾਣ ਦੇਣਾ ਅਸੀਂ ਤੁਹਾਨੂੰ ਇੱਥੇ ਪੈਲੀਆਂ ਦੇ ਵਿੱਚ ਘਸੀਟ ਘਸੀਟ ਕੇ ਘਸੀਟ ਘਸੀਟ ਕੇ ਕੰਮ ਕਰਾਇਆ ਕਰਨਾ ਹਾਂਜੀ ਹਾਂਜੀ ਮੰਮੀ ਕਰਦ ਲੈ ਕੇ ਆਉਣ ਡੇ ਆ ਕਰਦ ਨਾ ਟੁੱਕਣੇ ਆ ਹਾਂਜੀ
ਤਾਂ ਗਏ ਸਾਰੇ ਵੀ ਜਾ ਤੂੰ ਵੀ ਜਾ ਤੂੰ ਕਿਉਂ ਨਹੀਂ ਲੈ ਮਾਣਾ ਪਿੱਛੇ ਰਹਿ ਗਿਆ ਜੀ ਚੱਲ ਕਮਲਾ ਇੰਨੀਆਂ ਕੁ ਰੱਖ ਗੁੱਲੀਆਂ ਕਿੱਦਾਂ ਰੱਖਣੀਆਂ ਵਾ ਹੋ ਅੱਜ ਪਾਪਾ ਕਰਨ ਦੇ ਹੋ ਉਸਤਾਦ ਜੀ ਇੰਨੀਆਂ ਕੁ ਰੱਖੋ ਆ ਗੁੱਲੀਆਂ ਕੱਟ ਕੱਟ ਕੇ ਦਿੰਦੇ ਨੇ ਪਾਪਾ ਇਹ ਤੁਹਾਡੇ ਲਈ ਲਿਆਈਆਂ ਕਰਦੇ ਇਸ ਕਰਕੇ ਮੈਂ ਤੁਹਾਨੂੰ ਛਿੱਲ ਕੇ ਦਾਂਗੀ ਅੱਛਾ ਇਹਨਾਂ ਨੂੰ ਛਿੱਲ ਛਿੱਲ ਦੇਣੀਆਂ ਹਾਂ ਖਾਈ ਜਾਓ ਸਖਤੇ ਬੜੇ ਹਨ ਸਖਤੇ ਬਹੁਤ ਇਹ ਬੱਚੇ ਦੇ ਨਿਆਣੇ ਚੂਪ ਚਾਪ ਜਾਂਦੇ ਉਹ ਨਾ ਨਿਆਣੇ ਬੁਰਚ ਕਰਦੇ ਆ ਦਾਤਰਾ ਨਹੀਂ ਕਰਦੇ ਨਾ ਬੀ ਵਾਲਾ ਗੰਨਾ ਨਾ ਜਿਹੜਾ ਉਹ ਸਖਤ ਹੋਈ ਜਾਂਦਾ ਵਾ ਨਾਲੇ ਨਾ ਹੋ ਗਿਆ ਵਾ ਨਾ ਗਰਮੀ ਹੋ ਗਈ ਗਰਮੀ ਹੋ ਗਈ ਹੈ ਨਾ ਪੱਕ ਗਈ ਹਾਂ ਇੱਕ ਵਾਰੀ ਉਹ ਮੁੰਡੇ ਆਏ ਸੀ ਬੰਬੇ ਹੁੰਦੇ ਸੀ ਉਹਨਾਂ ਨੂੰ ਕਹਿ ਬੈਠੇ ਵੀ ਚਲੋ ਆ ਜਾਓ ਤੁਹਾਨੂੰ ਗੰਨੇ ਖਵਾਲ ਕੇ ਲਿਆਉਂਦੇ ਆ ਤੇ ਉਹ ਗੰਨੇ ਤੇ ਸਾਰੇ ਬੀਬਾ ਵਾਲੇ ਰੱਖੇ ਸੀ ਕਿਸੇ ਨੇ ਲੱਭਦੇ ਰਹੇ ਕਮਾਦ ਨਾ ਲੱਭੇ ਜੇ ਲੱਭਿਆ ਲੱਭਿਆ ਕਿਸੇ ਦਾ ਤਾਂ ਬੀ ਵਾਲਾ ਹੀ ਸਾਨੂੰ ਪਤਾ ਨਹੀਂ ਅਸੀਂ ਜਾ ਕੇ ਤੋੜ ਲਏ ਉਦੋਂ ਨੂੰ ਵੀ ਆ ਗਏ ਉਸਤਾਦ ਨਹੀਂ ਜਿਨ੍ਹਾਂ ਦਾ ਹੈਗਾ ਸੀ ਕਹਿੰਦੇ ਕਿਹਨੂੰ ਪੁੱਛ ਕੇ ਤੋੜਿਆ ਆ ਜਾਓ ਕਹਿੰਦੇ ਇੱਧਰ ਅਸੀਂ ਕਿਹਾ ਕਿ ਮੁੰਡੇ ਇੱਦਾਂ ਬੰਬੇ ਆਏ ਸਾਨੂੰ ਲੱਭਣ ਨਹੀਂ ਡਿਆ ਤਾਂ ਕਰਕੇ ਤੋੜ ਲਿਆ ਉਹ ਚੀੜੇ ਜੋ ਗਏ ਗੰਨੇ ਟੁੱਟਦੇ ਕਿੱਥੋਂ ਆ ਉੱਥੋਂ ਖਾਧੀਆਂ ਗਾਲਾਂ ਪਹਿਲਾਂ ਕੌਣ ਆਉਂਦਾ ਵੇਖਣ ਵਾਲੀ ਆ ਉਹ ਕੁੱਤਾ ਅਸੀਂ ਲੱਗ ਜਾਈਏ ਭੱਜ ਜਾਣਾ ਨਿਆਣੇ ਜਾਨਵਰਾਂ ਨੂੰ ਬੜੇ ਚੰਗੇ ਲੱਗਦੇ ਆ ਉਹ ਤੁਹਾਡੀ ਨੂੰ ਖਾਸ ਕਰਕੇ ਉਦੋਂ ਰਿਸਕ ਜ਼ਰੂਰ ਲੈਣੇ ਚਾਹੀਦੇ ਆ ਜਦੋਂ ਤੁਸੀਂ ਰਿਸਕ ਲੈਣ ਦੇ ਕਾਬਲ ਜੇ ਕਿਉਂਕਿ ਜਿਹੜੇ ਰਿਸਕ ਲੈਣੇ ਆ ਨਾ ਉਹਦੇ ਨਾਲ ਇਹ ਹੁੰਦਾ ਵਾ ਤੁਸੀਂ ਕੁਛ ਨਾ ਕੁਛ ਸਿੱਖਦੇ ਜੇ ਫੇਲ ਹੋ ਗਏ ਤਾਂ ਵੀ ਸਿੱਖੋਗੇ ਤੇ ਕਾਮਯਾਬ ਹੋਵੋਗੇ ਤੇ ਫਿਰ ਤੇ ਬਹੁਤ ਬਾਰਾ ਵਾ ਹਨਾ ਪਾਪਾ ਨੂੰ ਫੜਾਈਆ ਕਰਨ ਲਿਆ ਲਿਆ ਕੇ ਇਹ ਤੇ ਹੋਰ ਲੱਗਣੀਆਂ ਬੜਾ ਲੱਗਣਾ ਇਹ ਚੀਜ਼ ਇਹੋ ਜਿਹੀਆਂ ਅੱਖਾਂ ਤੁਰਨਗੀਆਂ ਕਿ ਨਹੀਂ ਤੁਰਨਗੀਆਂ ਆਹ ਜੜੀਆਂ ਉੱਤੋਂ ਟੁੱਟ ਗਈਆਂ ਵਾ ਲਾ ਦੇ ਹਾਂ ਸੰਘਣਾ ਤਾਲ ਲੈ ਤੇ ਤੁਰ ਪੈਂਦੀਆਂ ਨੇ ਆ ਤੁਰ ਪੈਣੇ ਆ ਫੜਾਈ ਜਾਓ ਚਲੋ ਚਲੋ ਸਾਰੇ ਜਣੇ ਫੜਾਈਆ ਰੱਖੀ ਜਾਓ ਦੋ ਦਾ ਭੱਜ ਭੱਜ ਲਿਆ ਸ਼ਾਬਾਸ਼ ਕਵਲ ਉੱਤੇ ਵਿੱਚ ਬੜਾ ਟੁੱਕਿਆ ਸੀਗਾ ਤੂੰ ਉੱਤੋਂ ਗੰਨੇ ਸੁੱਟ ਦਿੰਦਾ ਨਾ ਉਹ ਉੱਧਰਲੇ ਬੰਨੇ ਤੇ ਵਿੱਚੋਂ ਰੇੜੀ ਰੇੜੀ ਲਾਓ ਨਾਲ ਨਹੀਂ ਲੋੜ ਹੀ ਨਹੀਂ ਟਰਾਲੀ ਗਾਂ ਲਈ ਜਾਣੀ ਨਾਲ ਨਾਲ ਕੇ ਅੱਛਾ ਕੀ ਲੋੜ ਆ ਕਵਲ ਬਹੁਤ ਜ਼ਿਆਦਾ ਲਾਉਣ ਡਿਆ ਸੰਗ ਵਿੱਥ ਵੀ ਚਾਹੀਦੀ ਹੈ ਨਾ ਉਹਨੂੰ ਸਾਹ ਵੀ ਚਾਹੀਦਾ ਸਾਹ ਆਲੇ ਦੁਆਲੇ ਸਾਹ ਹੀ ਆ ਸਾਰੇ ਦੇ ਘਰ ਕੀ ਆ ਮੇਰ ਲਾਓ ਲਾਓ ਗੰਨੇ ਉਹ ਉੱਥੋਂ ਲਿਆਓ ਪਾਪਾ ਦੋ ਫੁੱਫੂ ਨੂੰ ਦੋ ਲਿਆ ਕੇ ਦੋ ਕਈਆਂ ਦੀ ਅੱਖ ਕਾਣੀ ਆ ਨਹੀਂ ਅੱਖ ਮਾਰੀ ਮੂਰੀ ਹੋਣੀ ਆ ਕਿਸੇ ਨੂੰ ਕਿ ਅਗਲਾ ਕੱਢ ਕੇ ਰੱਖਤੀ ਹੁਣ ਹੈਲੋ ਪਾਪਾ ਜੀ
ਚੱਲ ਇੱਥੇ ਉਧਰਲੀ ਸਾਈਡ ਤੇ ਰੱਖੋ, ਕੋਈ ਨਾ ਟੁੱਕਦੇ ਆ ਹੋਰ। ਨਹੀਂ ਨਹੀਂ ਤੇਰੇ ਕੋਲ ਟੁੱਕਿਆ ਜਾਣਾ, ਅੱਗੋ ਚੁੱਕੀ ਕਰਨਾ ਜੇ ਨਾ ਚੁੱਕੀ ਅੱਗੋ ਟੋਕ ਲੈਂਦੇ ਪਹਿਲਾਂ, ਕੋਈ ਨੀ ਬਾਅਦ ਚ ਰੋਕ ਲਈ ਕੱਲ ਜਦੋਂ ਅਸੀਂ ਚੱਲ ਜਾਂਗੇ। ਫੜਾ ਦੇ ਕਰਨ ਗੁੱਲੀ ਅਸੀਂ ਦਾਦੇ ਦੇ ਦੁਆਲੇ ਹੋਏ ਰਹਿਣਾ। ਦਾਦੇ ਸਾਡੇ ਪਤਾ ਕੀ ਕਹਿਣਾ ਕਮਲ, ਉਹ ਪਰੇ ਹੋ ਜਾਓ, ਹੱਥ ਨਾ ਕਿਤੇ ਵਡਾ ਲਿਓ, ਮਿਲ ਜਾਣਗੀਆਂ ਤੁਹਾਨੂੰ ਗੁੱਲੀਆਂ। ਚਾਚਾ ਹਾਏ ਸਾਡੇ ਨੇ ਦਾਦੇ ਨੇ ਇਹ ਨੀ, ਇਹ ਖਾ ਲਾ ਤੁਸੀਂ ਇਹ ਖਾ ਲਓ। ਮੇਰੇ ਸ਼ਾਬੂ ਵੀ ਖਾਣ ਡਿਆ ਚੀਨੀ, ਮੇਰਾ ਜਿਉਣਾ ਸ਼ਾਬੂ ਵੀ ਖਾਣ ਡਿਆ ਚੀਨੀ, ਜਿਉਣਾ ਪੁੱਤ ਵੀ ਖਾਣ ਡਿਆ ਚੀਨੀ। ਛਿਲ ਕੇ ਨਾ ਦਿਓ ਇਹਨਾਂ ਨੂੰ, ਆਪੇ ਛਿਲਣ ਦੇ, ਕੋਈ ਗੱਲ ਨੀ। ਉਹ ਵੇਖਾ ਛਿਲਣ ਡਿਆ ਆਪੇ, ਆਵੇ ਪੁੱਤ ਉਹ ਆਪਣੇ ਦੰਦਾਂ ਨਾਲ ਕਰੋ, ਦੰਦ ਮਜ਼ਬੂਤ ਹੁੰਦੇ ਆ। ਦਾਤਣ ਕਰਿਆ ਕਰੋ, ਗੰਨੇ ਚੂਪਿਆ ਕਰੋ, ਦਾਣੇ ਚੱਬਿਆ ਕਰੋ। ਟੂਲੀਆਂ ਟੂਲੀਆਂ ਹੁੰਦੀਆਂ ਸੀ, ਵੱਢ ਛੜੀਆਂ ਵਾ। ਆਹ ਬੜੀ ਦਾਤਣ ਕੀਤੀ ਆਪਾਂ। ਮੈਂ ਸਕੂਲੇ ਜਾਣਾ ਨਾ, ਕਿੱਕਰੀਆਂ ਲਿਆਉਣਾ ਹੁੰਦਾ ਸੀ ਤੋੜ ਕੇ ਰਾਹ ਚੋਂ, ਐਦਾਂ ਐਦਾਂ ਕਰਕੇ ਛਿੱਲ। ਹਾਂ ਐਦਾਂ ਹਾਂ ਐਦਾਂ ਨਿੱਕੇ ਹੁੰਦਿਆਂ ਨੇ ਛਿੱਲੜਾ ਦਾ ਢੇਰ ਲਾ ਦੇਣਾ। ਆਪ ਮੁੰਡੇ ਮੁੰਡੇ ਬਹਿੰਦੇ ਨਹੀਂ ਸਾਡੇ ਦਾਦੇ ਨੇ ਪਤਾ ਕਹਿਣਾ, ਤੁਸੀਂ ਇੱਕ ਗੰਨੇ ਦੀ ਰੋਹ ਨਹੀਂ ਪੀ ਸਕਦੀਆਂ, ਜਿਹੜੇ ਪੰਜ ਪੰਜ ਸੱਤ ਸੱਤ ਗੰਨੇ ਦਾੜ ਦਾੜ ਕੇ ਸੁੱਟੀ ਜਾਂਦੀਆਂ ਜੀ। ਐਕਸਰਸਾਈਜ਼ ਵੀ ਹੋਈ ਜਾਂਦੀ ਨਾ ਨਾਲ। ਓ ਮੁੱਦੀ ਹੋ ਗਈ ਸਾਕ। ਠੀਕ ਹੈ ਨਾ, ਇਹਦੇ ਉੱਤੇ ਥੋੜੀ ਥੋੜੀ ਮਿੱਟੀ ਪਾ ਦੇਣੀ ਆ। ਪਾਣੀ ਜੇ ਤਾਂ ਦਿੱਤਾ ਆਪਣੇ ਆਪ ਹੀ ਪਾਣੀ ਮਿੱਟੀ ਪੈ ਜਾਣੀ। ਨਹੀਂ ਮਿੱਟੀ ਪਾਉਣੀ ਪੈਣੀ ਆ ਨਾ, ਕਿਉਂਕਿ ਪਾਣੀ ਦੇਣ ਤੋਂ ਬਾਅਦ ਜਦੋਂ ਅੱਖ ਨੇ ਉਹਨੂੰ ਸੁੱਕਣਾ ਵਾ ਨਾ ਜਦੋਂ। ਕਮਾਦ ਬੀਜ ਵੀ ਦਿੱਤਾ, ਕਮਾਦ ਉੱਗ ਵੀ ਗਿਆ ਤੇ ਹੁਣ ਆਈਆਂ ਹੀ ਓ ਹੈ। ਕੋਈ ਹਾਲ ਨੀ, ਵੱਧ ਹੋ ਜਾਣੇ ਜਿੱਦਾਂ ਝੋਨਾ ਹੁੰਦਾ। ਬੀਜੀ ਮੇਰੇ ਹਿਸਾਬ ਨਾਲ ਟੋਏ ਜ਼ਿਆਦਾ ਡੂੰਘੇ ਪੁੱਟ ਲਏ ਆ। ਖੇਤੀਬਾੜੀ ਵਿਭਾਗ ਦੀ ਇੰਚਾਰਜ ਅੱਗੋਂ ਆਂਡੀ ਅੰਜ ਮਿਲ ਜੀ ਉਹਦੇ ਘਰ ਕਿੰਨੇ ਕੁ ਵਿੱਚ ਹੁੰਦੇ ਆ।
ਚਲੋ ਚਲੀਏ ਫਿਰ, ਚਲੋ ਵੇਖਦੇ ਹਾਂ ਤਕਨੀਕ ਕਿੰਨੀ ਕਾਮਯਾਬ ਹੁੰਦੀ ਆ ਸਾਡੀ। ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੰਨੀ ਕੁ ਵਧੀਆ ਲੱਗੀ ਆ ਤਕਨੀਕ। ਹਾਂਜੀ ਹਾਂਜੀ ਹਾਂਜੀ।